ਦੋਸਤੋ ਸਾਡੇ ਫਰਮ ਦੇ ਉੱਪਰ ਛੋਟਾ ਮਾਲ ਆ ਜਿਹੜਾ, ਇਹਦੀ ਹੈ ਵੀ ਚੁਲਸਤਾਨੀ, ਪੇਵਰ ਚੁਲਸਤਾਨੀ, ਪਿਓਰ ਚੁਲਸਤਾਨੀ ਹੈ, ਔਰ ਇਹ ਤੁਸੀਂ ਦੇਖ ਰਹੇ ਹੋ ਅਤੇ ਪੁੱਛਦੇ ਹਾਂ ਫੀਸ ਬਾਈ। ਅੱਛਾ ਫੀਸ ਬਾਈ, ਇਹ ਪਿਓਰ ਆ ਬਿਲਕੁਲ ਚੁਲਸਤਾਨ? ਹਾਂਜੀ ਪੇਵਰ ਚੁਲਸਤਾਨੀ, ਮਜ਼ਬੂਤ ਤਰੀਨ ਇਹਨੂੰ ਗਿਣਿਆ ਜਾਂਦਾ, ਖਾਸ ਕਰ ਗਰਮ ਜਿਹੜਾ ਇਲਾਕੇ ਦਾ। ਖਾਸ ਟਿੱਬੇ ਦਾ ਮਾਲ ਜਿਹੜਾ ਮੰਗਦੇ ਨਾ ਲੋਕ, ਉਹ ਬਿਲਕੁਲ ਬਿਲਕੁਲ, ਯਾਨੀ ਕਿ ਗਰਮੀ ਫੁੱਲ ਬਰਦਾਸ਼ਤ ਕਰਦਾ, ਗਰਮੀ ਦੇ ਵਿੱਚ ਬਾਹਰ 'ਚ ਰਹਿਣ ਵਾਲਾ ਮਾਲ ਹੈਗਾ ਬਿਲਕੁਲ। ਔਰ ਤੂੜੀ ਸ਼ੌਕ ਨਾਲ, ਸੁੱਕਾ ਪੱਠਾ ਸ਼ੌਕ ਜਿਵੇਂ ਨਾਲ, ਮਰਜ਼ੀ ਖਾਤੀ ਪਾਈ ਰੱਖੋ ਕੋਈ। ਇਹ ਸਾਡੇ ਕੋਲ ਤਿੰਨ ਜਾਨਵਰ ਖੜੇ ਨੇ, ਇੱਕ ਕਾਲੇ ਵਿੱਚ ਆ, ਇੱਕ ਕਾਲਾ ਚਿੱਟਾ ਅਤੇ ਇੱਕ ਆ ਲਾਲ ਚੀਨਾ। ਅੱਛਾ ਹੁਣ ਇਹ ਦੱਸੋ ਕਿ ਤਿੰਨੇ ਵੱਛੀਆਂ ਨੇ? ਤਿੰਨੇ ਵੱਛੀਆਂ ਨੇ, ਤਿੰਨੇ ਵੱਛੀਆਂ ਨੇ। ਇਹ ਜਿਹੜੀ ਸਾਹਮਣੇ ਆ ਰਹੀ ਆਪਣੇ, ਇਹ ਇਹਦਾ ਕੀ ਮੰਗ ਰਹੇ ਹੋ? ਇਹਦੀ ਉਮਰ ਦੱਸੋ ਪਹਿਲੇ ਤਾਂ। ਖੀਰੀ ਉਮਰ ਹੈਗੀ, ਸਾਲ ਦੀ ਹੈਗੀ ਬੱਚੀ, ਇਹਦਾ ਕੀ ਰੁੜੀ ਹੋਈ ਹੈਗੀ ਸਿਰਫ, ਠੀਕ ਹੋ, ਇਹਦਾ ਕੀ ਮੰਗ ਰਹੇ ਹੋ? 42,000। 42,000 ਰੁਪਏ, ਇਹ ਦੇਖੋ ਦੋਸਤੋ ਕਿ ਇੱਕ ਸਾਲ ਦੀ 42,000 ਰੁਪਇਆ। ਅਗਰ ਇਹੀ ਸਹੀਵਾਲ ਦੀ ਹੁੰਦੀ ਤਾਂ ਕਿੰਨੇ ਦੀ ਹੋਣੀ ਸੀ? ਅੱਛੀ ਪਿਓਰ ਹੁੰਦੀ ਤੇ 65-70 ਦੀ, 65-70 ਦੀ। ਨਸਲ 'ਤੇ ਜਾ ਕੇ ਮੈਟਰ ਕਰਦਾ, ਸਾਡੇ ਕੋਲ ਸਸਤਾ ਮਾਲ ਵੀ ਹੈ, ਮਹਿੰਗਾ ਵੀ ਹੈ। ਅੱਛਾ ਆਹ ਜਿਹੜਾ ਵੱਡਾ, ਆਹ ਵੱਡੀ ਖੜੀ ਆ ਕਾਲੀ, ਇਹ 55,000 ਦੀ ਦੇਵਾਂਗੇ ਲਾਸਟ ਮੁੱਲ, 60-65 ਕਰਾਂਗੇ ਆਪਾਂ ਦੇਣ ਲੈਣ ਵਾਲੀ ਗੱਲ ਕਰਨੀ, ਕਿ ਉਹ ਸੌਦਾ ਆਪਾਂ ਚਲਾਵਣਾ ਹੁੰਦਾ। ਇੱਕ ਇੱਕ ਫਿੰਗਰ ਦਿਓ ਨਾ ਵੀ ਕਿੰਨੇ ਤੁਸੀਂ ਯਾਨੀ ਕਿ ਦਿਓਗੇ? 55,000 ਦੀ, 55,000 ਦੀ। ਔਰ ਇਹ ਜਿਹੜੀ ਪਿੱਛੇ ਖੜੀ ਆ ਖਾ ਚਿੱਟੀ ਅਤੇ ਆ ਕਾਲੀ ਆ, ਜਿਹਦੇ ਗਲ ਚ ਗਾਨੀ ਪਾਈ ਹੈ, ਇਹ 45,000। ਆਹ ਜਿਹੜੀ ਸਾਹਮਣੇ ਆ ਗਈ, ਇਹ 45,000। ਇਹ ਸਾਰਾ ਯਾਨੀ ਕਿ ਇਹਦੇ ਕਲਰ ਨੇ ਲੇਕਿਨ ਹੈਗਾ ਚੁਲਸਤਾਨ ਦਾ। ਹਾਂਜੀ ਠੀਕ ਹੋ ਗਿਆ, ਮਾਸ਼ਾਅੱਲਾ ਬੜਾ ਹੀ ਪਿਆਰਾ ਮਾਲ ਹੈਗਾ। ਇਹ ਦੋਸਤੋ ਤੁਸੀਂ ਦੇਖ ਸਕਦੇ ਹੋ, ਤਿੰਨ ਪੀਸ ਦਿਖਾਏ ਨੇ, ਤੀਸਰਾ ਸੀ ਇੱਥੇ ਖੜਾ। ਇੱਕ ਇਹ ਵੱਡੀ ਦਾ ਦੁਬਾਰਾ ਰੇਟ ਦੱਸਣਾ, ਉਹਦੀ ਵੱਡੀ ਖੜੀ ਸਾਹਮਣੇ, ਉਹ 55,000, 55 ਦੀ, ਅਤੇ ਛੋਟੀ 45 ਦੀ, 45 ਦੀ, ਇਹ 42 ਦੀ, ਇਹ ਆ ਗਈ 42,000 ਦੀ। ਆਹ ਕੁਛ ਲੋਕ ਸਮਝਦੇ ਨੇ ਕਿ ਜਿਹੜੀ ਲਾਲ ਚੀਨੀ ਆਏ ਆ। ਇਹ ਦੋਸਤੋ ਤੁਸੀਂ ਦੇਖ ਸਕਦੇ ਹੋ, ਇਹਦੇ ਆਰਡਰ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਫੀਸ ਬਾਈ ਨੂੰ 0303-9856-241। ਵਟਸਐਪ ਇਸੇ ਨੰਬਰ 'ਤੇ ਆ, ਕੋਈ ਅਗਰ ਵਟਸਐਪ 'ਤੇ ਕਰਨਾ ਚਾਹੇ ਤਾਂ ਵਟਸਐਪ ਦੀ ਸਹੂਲਤ ਇਹਨਾਂ ਦੇ ਕੋਲ ਮੌਜੂਦ ਆ। ਔਰ ਅਗਰ ਕੋਈ ਦੋਸਤ ਇਹਨਾਂ ਨੂੰ ਫੋਨ ਕਰਨਾ ਚਾਹੇ ਤਾਂ ਇਹਨਾਂ ਕੋਲ ਫੋਨ ਆ। ਲੇਕਿਨ ਇੱਕ ਸਾਡੀ ਰਿਕੁਐਸਟ ਹੈ, ਖਾਸ ਕਰ ਜਿਹੜੇ ਪਾਕਿਸਤਾਨ 'ਚੋਂ ਬਾਹਰ ਬੈਠੇ ਨੇ, ਕਿ ਉਹ ਰਾਤ ਨੂੰ 9 ਵਜੇ ਤੱਕ ਸਾਨੂੰ ਟੱਚ ਕਰਨ, ਪਾਕਿਸਤਾਨੀ ਟਾਈਮ 10 ਵਜੇ ਤੱਕ, ਸੋਰੀ, ਰਾਤ 10 ਵਜੇ ਤੱਕ ਉਹ ਟੱਚ ਕਰਨ। ਫਿਰ ਉਸ ਤੋਂ ਬਾਅਦ ਜਿਹੜਾ ਅਸੀਂ ਸੋਣਾ ਵੀ ਹੁੰਦਾ, ਸੁਬਹਾ ਕੋਈ ਕੰਮ ਸ਼ਾਮ ਹੋਰ ਵੀ ਸਾਡੇ ਹੈ ਨੇ ਮਸਰੂਫੀਅਤ, ਸੁਬਹ 9 ਤੋਂ ਰਾਤ 10 ਵਜੇ ਤੱਕ ਕਾਲ ਕਰ ਸਕਦੇ ਹਾਂ। ਅਤੇ ਇਨਸ਼ਾਅੱਲਾ ਮਾਲ 24 ਘੰਟੇ ਸਾਡੇ ਕੋਲ ਫਾਰਮ ਦੇ ਉੱਤੇ ਅਵੇਲੇਬਲ ਆ, ਔਰ ਫਾਰਮ ਦੀ ਲੋਕੇਸ਼ਨ ਤੁਹਾਨੂੰ ਮਿਲ ਜਾਏਗੀ ਜਦੋਂ ਤੁਸੀਂ ਕਾਲ ਕਰੋਗੇ। ਹਫੀਜ਼ ਭਾਈ ਤੁਹਾਨੂੰ ਲੋਕੇਸ਼ਨ ਦੇ ਦੇਣਗੇ ਫਾਰਮ ਦੀ, ਕਿ ਕਿਹੜੀ ਜਗ੍ਹਾ 'ਤੇ ਸਾਡਾ ਫਾਰਮ ਆ। ਔਰ ਉਹਦੇ ਵਿੱਚ ਤੁਹਾਨੂੰ ਸੂਈਆਂ ਹੋਈਆਂ ਵੱਛੀਆਂ, ਤਾਜ਼ਾ ਸੋਣ ਵਾਲੇ, ਕੁਰਬਾਨੀ ਦੇ ਲੱਗਣ ਵਾਲੇ ਵੱਛੇ, ਔਰ ਮੁਖਤਲਿਫ ਕਿਸਮ ਦਾ ਮਾਲ ਮਿਲ ਜਾਏਗਾ, ਸਾਰਾ ਫਾਰ ਸੇਲ ਆ ਬਿਲਕੁਲ। ਉਹ ਬਣਾ